ਮੈਂ ਉਹਦੀਆਂ ਬਾਅਦ 'ਚ ਫੀਸਾਂ ਫੂਸਾਂ ਵੀ ਪੇ ਕੀਤੀਆਂ, ਦੋ ਤਿੰਨ ਵਾਰੀ ਮੇਰਾ ਅਪਲਾਈ ਵੀ ਕੀਤਾ, ਠੀਕ ਹੈ ਜੀ। ਉਹ ਅਪਲਾਈ ਪਤਾ ਨਹੀਂ ਕਿਸੇ ਪੇਪਰ ਦੇ ਸਹੀ ਨਹੀਂ ਮੈਨੂੰ ਕੋਈ ਭੇਜਦੀ ਰਹੇ, ਉਹਦੇ ਕਰਕੇ ਮੇਰਾ ਰਿਫਿਊਜ਼ ਵੀ ਲੱਗਦਾ ਰਿਹਾ। ਪਰਿਵਾਰ ਦੇ ਮੈਂਬਰਾਂ ਦੇ ਮਕਸ਼ੇ ਲੱਗ ਕੇ ਇਹਨੇ ਫਿਰ ਵੀ ਆਹ ਕਦਮ ਚੱਕਿਆ ਵੀ ਮਤਲਬ ਕਿ ਇੱਕ ਬੱਚੇ ਨੂੰ ਮਾਰ ਦੇਣਾ ਹੀ ਸਮਝੋ, ਇਹ ਕੀਤਾ ਕੰਮ। ਮੇਰਾ ਮੈਡੀਕਲ ਕਰਾ ਕਰੂ ਕੇ ਸਾਰਾ ਕੁਛ ਕਰਾ ਕੇ ਮੇਰੇ ਕੋਲ ਮਤਲਬ ਕਿ ਸਾਰਾ ਕੁਛ ਲੈ ਮਤਲਬ ਸਾਇੰਸ ਹੁਣ ਕਹਿ ਮੈਨੂੰ ਇੰਨਾ ਕਿਹਾ ਵੀ ਆਪਣੇ ਝਾਂਸੇ 'ਚ ਲਿਆ। ਮੈਂ ਇਹਦੇ ਕੋਲ ਨੰਬਰ ਲਿਆ ਮੁੰਡੇ ਕੋਲ, ਮੈਂ ਆਖਿਆ ਵੀ ਮੈਨੂੰ ਨੰਬਰ ਦੇ ਮੈਂ ਪੁੱਛ ਕੇ ਵੇਖਾਂ। ਮੈਂ ਆਖਿਆ ਰਾਜਮੀਤ ਵੀ ਤੂੰ ਕਿਉਂ ਨਹੀਂ ਕਰਦੀ, ਕਰ ਤੇ ਸਹੀ ਇਹਦਾ ਕੁਛ ਨਾ ਕੁਛ ਹੁਣ, ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ। ਮੇਰੇ ਨਾਲ ਇੱਕ ਬਹੁਤ ਵੱਡਾ ਗੇਮ ਹੋਈ ਆ ਜੋ ਕਿ ਘੁਮਾਣ ਤੋਂ ਰਹਿਣ ਵਾਲੇ ਹੀ ਮੇਰੀ ਵਾਈਫ ਹੀ ਆ, ਠੀਕ ਆ, ਰਾਜਮੀਤ ਕੌਰ, ਠੀਕ ਆ। ਉਹਨਾਂ ਦੀ ਮਾਂ ਪਿਤਾ ਦਾ ਨਾਮ ਉਹਨਾਂ ਦੇ ਅਮਰੀਕ ਸਿੰਘ ਜੀ, ਮੰਮੀ ਦਾ ਨਾਮ ਦੇ ਬਲਵਿੰਦਰ ਕੌਰ ਆ, ਠੀਕ ਆ ਜੀ। ਅਸੀਂ ਇਕੱਠੇ ਪਹਿਲੇ ਤਾਂ ਪੜ੍ਹਦੇ ਹੁੰਦੇ ਸੀ, ਠੀਕ ਆ ਜੀ। ਇਕੱਠੇ ਪੜ੍ਹਦਿਆਂ ਪੜ੍ਹਦਿਆਂ ਚਲੋ ਸਾਡਾ ਫੇਅਰ ਹੋ ਗਿਆ, ਮੁੜ ਕੇ ਹੌਲੀ ਹੌਲੀ ਅਸੀਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ, ਮੈਰਿਜ ਕਰ ਲਈ। ਮੈਰਿਜ ਕਰਨ ਤੋਂ ਬਾਅਦ ਸਰ ਫਿਰ ਦੁਬਾਰਾ ਕੀ ਹੋਇਆ ਵੀ ਦੋ ਤਿੰਨ ਮਹੀਨੇ ਬਾਅਦ ਰੁਕਣ ਮਤਲਬ ਕਿ ਮੈਰਿਜ ਤੋਂ ਬਾਅਦ ਮੇਰੇ ਕੋਲ ਰੁਕੀ ਉਹ, ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕਿ ਚਲੀ ਗਈ। ਸਾਡਾ ਪਲੈਨ ਹੋਇਆ ਵੀ ਚੱਲ ਤੂੰ ਚਲੇ ਜਾ ਵੀ ਕੋਈ ਗੱਲ ਨਹੀਂ, ਜਾ ਕੇ ਮੈਨੂੰ ਕਹਿੰਦੀ ਵੀ ਬੁਲਾ ਲੂੰਗੀ ਮੈਂ ਤੈਨੂੰ, ਠੀਕ ਆ। ਮੈਂ ਕਿਹਾ ਵੀ ਓਕੇ ਚਲੋ ਮੈਂ ਜਾ, ਉਹ ਚਲੀ ਗਈ। ਜਦੋਂ ਸਰ ਮੈਂ ਉਹਦੀਆਂ ਬਾਅਦ 'ਚ ਫੀਸਾਂ ਫੂਸਾਂ ਵੀ ਪੇ ਕੀਤੀਆਂ, ਦੋ ਤਿੰਨ ਵਾਰੀ ਮੇਰਾ ਅਪਲਾਈ ਵੀ ਕੀਤਾ, ਠੀਕ ਆ ਜੀ। ਉਹ ਅਪਲਾਈ ਵੀ ਪਤਾ ਨਹੀਂ ਕਿਸੇ ਪੇਪਰ ਦੇ ਸਹੀ ਨਹੀਂ ਮੈਨੂੰ ਕੋਈ ਭੇਜਦੀ ਰਹੇ, ਉਹਦੇ ਕਰਕੇ ਮੇਰਾ ਰਿਫਿਊਜ਼ ਵੀ ਲੱਗਦਾ ਰਿਹਾ, ਠੀਕ ਆ ਜੀ। ਰਿਫਿਊਜ਼ ਲੈਟਰ ਵੀ ਹੈਗੀਆਂ ਮੇਰੇ ਤੋਂ ਪਈਆਂ, ਉਹ ਮੈਂ ਤੁਹਾਨੂੰ ਦੇ ਦੇਵਾਂਗਾ, ਠੀਕ ਆ ਜੀ। ਰਿਫਿਊਜ਼ ਵੀ ਲੱਗਦਾ ਗਿਆ, ਇਹ ਕੀ ਹੋਇਆ ਵੀ ਹੌਲੀ ਇੱਦਾਂ ਕਰਦੇ ਕਰਦੇ ਲਾ ਰਿਆਂ ਦੇ ਵਿੱਚ ਲਾ, ਠੀਕ ਆ ਜੀ। ਜੋ ਉਹਦੇ ਹਾਂਜੀ ਇੱਕ ਸਾਲ ਬਾਅਦ ਫਿਰ ਇਹ ਵਾਪਸ ਮਤਲਬ ਕਿ ਇੰਡੀਆ ਆਈ ਆਈ ਜਦੋਂ ਤੇ ਚਲੋ ਜੀ, ਮੈਂ ਕਿਹਾ ਠੀਕ ਆ ਕੋਈ ਗੱਲ ਨਹੀਂ, ਆਪਾਂ ਕੋਈ ਚੱਕਰ ਨਹੀਂ, ਹੌਲੀ ਹੌਲੀ ਤੂੰ ਆ ਜਾ, ਕੋਈ ਗੱਲ ਨਹੀਂ ਵੀ ਆਪਾਂ ਜ਼ਿੰਦਗੀ 'ਚ ਬਾਅਦ ਮੁਸ਼ਕਲਾਂ ਚੱਲਦੀਆਂ ਰਹਿੰਦੀਆਂ, ਕੋਈ ਚੱਕਰ ਨਹੀਂ ਗਾ, ਠੀਕ ਆ ਜੀ। ਜਦੋਂ ਆਈ ਫਿਰ ਵਾਪਸ ਗਈ ਉਹ ਸਰ, ਉਹ ਜਾ ਕੇ ਕੀ ਹੋਇਆ ਵੀ ਚਲੋ ਪ੍ਰੈਗਨੈਂਟ ਹੋ ਗਈ। ਉੱਥੋਂ ਜਾਣ ਤੋਂ ਬਾਅਦ ਸਰ ਉਹਦੇ ਨਾ ਉੱਥੇ ਮੰਮੀ ਵੀ ਤੇ ਇੱਕ ਉਹਦੀ ਭੂਆ ਸਰ, ਉਹ ਵੀ ਕੈਨੇਡਾ ਹੀ ਰਹਿੰਦੇ ਆ। ਜਦੋਂ ਵਾਪਸ ਗਈ ਉੱਥੇ ਉਹ, ਇਹਨਾਂ ਦੋਨਾਂ ਨੇ ਜਾ ਕੇ ਤੇ ਪਤਾ ਨਹੀਂ ਇਹਨਾਂ ਨੇ ਕੀ ਉਹਨੂੰ ਕੀ ਉਹਦੇ ਕਿਹਾ ਤੇ ਉਹਦਾ ਅਬੋਰਸ਼ਨ ਕਰਾਤਾ, ਠੀਕ ਆ ਜੀ। ਦੇਖੋ ਜੀ ਮੈਂ ਇੱਥੋਂ ਤੱਕ ਵੀ ਇਹਨੇ ਮੈਨੂੰ ਕਿਹਾ ਸੀ ਵੀ ਹਾਂ ਮਤਲਬ ਮੇਰਾ ਛੋਟਾ ਨੇ ਪੂਰਾ ਨਾਮ ਹਰਮਿੰਦਰ ਸਿੰਘ ਆ, ਛੋਟਾ ਹਰਮਨ ਹੈ ਵੀ ਹਰਮਨ ਵੀ ਮੇਰੇ ਕਾਲਜ ਇੱਦਾਂ ਆ ਵੀ ਕਾਲਜ ਦੇ ਨਾ ਵਿੱਚ ਜੇ ਆਪਾਂ $300 ਪੇ ਕਰ ਦਈਏ ਤੇ ਸਾਰਾ ਖਰਚਾ ਕਾਲਜ ਚੱਕੂਗਾ। ਮੈਂ ਉਹ ਵੀ ਪੇ ਕੀਤਾ ਇਹਨੂੰ ਇਸ, ਠੀਕ ਆ ਜੀ। ਫਿਰ ਉਹਦੇ ਬਾਵਜੂਦ ਵੀ ਇਹਨੇ ਆਪਣੇ ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਮਕਸ਼ੇ ਲੱਗ ਕੇ ਇਹਨੇ ਫਿਰ ਵੀ ਆਹ ਕਦਮ ਚੱਕਿਆ ਵੀ ਮਤਲਬ ਕਿ ਇੱਕ ਬੱਚੇ ਨੂੰ ਮਾਰ ਦੇਣਾ ਹੀ ਸਮਝੋ, ਇਹ ਕੀਤਾ ਕੰਮ।
ਉਹ ਤੋਂ ਬਾਅਦ ਵੀ ਚਲੋ ਮੈਂ ਉਹ ਵੀ ਸਬਰ ਕੀਤਾ, ਚਲੋ ਠੀਕ ਆ ਜੀ ਕੋਈ ਗੱਲ ਨਹੀਂ। ਉਹ ਬਾਅਦ ਵੀ ਹੌਲੀ ਹੌਲੀ ਲਾਰੇ 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 ਦੇਖੋ ਕਿੰਨਾ ਟਾਈਮ ਲਾਉਂਦੀ ਰਹੀ ਮੈਨੂੰ, ਹੌਲੀ ਹੌਲੀ ਮੈਂ ਉਹ ਵੀ ਚੱਲਦਾ ਗਿਆ। ਉਹ ਤੋਂ ਲੰਮਾ ਸਮਾਂ ਪੈ ਗਿਆ ਵੇ ਸਰ, ਠੀਕ ਆ ਜੀ। ਤੇ ਉਸ ਲਾਰੇ ਵੀ ਕੋਈ ਗੱਲ ਨਹੀਂ, ਆਪਾਂ ਥੋੜਾ ਚਿਰ ਰੁਕ ਜਾ ਵੀ ਮੈਂ ਹੁਣ ਅਪਲਾਈ ਕਰਦੇ ਆ, ਮੇਰੀ ਪੀਆਰ ਪੈਣ ਵਾਲੀ ਆ, ਮੇਰੇ ਹੋ ਠੀਕ ਆ ਜੀ, ਮੇਰੀ ਸਪਲੀ ਆ ਗਈ ਆ, ਇਹ ਹੁਣ ਮੇਰੇ ਐਰਕਾ ਮੇਰੀ ਸਪਲੀ ਕਲੀਅਰ ਹੋ ਜਾਣੀ ਆ, ਮੇਰਾ ਸਮੈਸਟਰ ਕਲੀਅਰ ਹੋ ਗਿਆ ਤੇ ਫਿਰ ਮੈਂ ਆਪਣੇ ਪੇਪਰ ਅਪਲਾਈ ਕਰ ਦੇਣੇ ਆ, ਮੈਨੂੰ ਪੀਆਰ ਮਿਲ ਜਾਣੀ ਆ, ਅਜੇ ਮੈਂ ਪਰਮਾਨੈਂਟ ਰੈਜ਼ੀਡੈਂਸ ਨਹੀਂ ਆ ਉੱਥੇ ਮੇਰੇ ਕੋਲ, ਹੈ ਨਾ। ਇੱਦਾਂ ਦੇ ਲਾਰੇ ਲਾਉਂਦੀ ਰਹੀ, ਠੀਕ ਆ ਜੀ ਸਰ। ਚਲੋ ਜੀ ਮੈਂ ਵੀ ਇੱਥੇ ਭੋਲ ਜੰਟ, ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਕਿੰਨੀ ਕੁ ਆਪਾਂ ਨੂੰ ਨੌਲੇਜ ਹੈ ਇੱਥੇ ਦੇ, ਠੀਕ ਆ ਜੀ। ਇੱਦਾਂ ਦੇ ਲਾਰੇ ਲਾਉਂਦੇ ਰਹੇ ਤੇ ਉਹ ਮੈਨੂੰ ਸਰ ਹੁਣ ਇੱਦਾਂ 2017 ਚ ਲਾਸਟ ਵਾਰੀ ਮੈਂ ਮੈਨੂੰ ਇਹਨੇ ਕੀ ਹੋਇਆ ਵੀ ਅਪਲਾਈ ਕੀਤਾ ਮੈਂ, ਉਹ ਮੈਂ ਤੁਹਾਨੂੰ ਦਊਂਗਾ ਪੇਪਰ ਸਾਰਾ ਜੋ ਵੀ ਆ। ਉਦੋਂ ਕੀ ਹੋਇਆ ਮੈਨੂੰ ਉਹ ਐਕਚੁਅਲੀ ਉਹ ਅਪਲਾਈ ਨਹੀਂ ਕੀਤਾ ਗਿਆ, ਉਦੋਂ ਇਹਨਾਂ ਨੇ ਮੇਰੇ ਨਾਲ ਗੇਮ ਖੇਡੀ, ਠੀਕ ਆ। ਗੇਮ ਖੇਡੀ ਇਹ ਵੀ ਸਰ ਮੇਰਾ ਮੈਡੀਕਲ ਕਰਾ ਕਰੂ ਕੇ ਸਾਰਾ ਕੁਛ ਕਰਾ ਕੇ ਮੇਰੇ ਕੋ ਮਤਲਬ ਕਿ ਸਾਰਾ ਕੁਛ ਲੈ ਮਤਲਬ ਸਾਇੰਸ ਸੁਣ ਕੇ ਮੈਨੂੰ ਇੰਨਾ ਕਿਹਾ ਵੀ ਆਪਣੇ ਝਾਂਸੇ ਚ ਲਿਆ ਵੀ ਅਸੀਂ ਐਰਕਾ ਪੇਪਰ ਇੱਥੋਂ ਇੰਡੀਆ ਤੋਂ ਨਹੀਂ ਅਪਲਾਈ ਕਰਨੇ, ਐਰਕਾ ਅਸੀਂ ਕੈਨੇਡਾ ਤੋਂ ਅਪਲਾਈ ਕਰਨੇ ਆ, ਠੀਕ ਆ ਜੀ। ਕੈਨੇਡਾ ਤੋਂ ਅਪਲਾਈ ਕਰਨੇ ਆ ਤੇ ਤੂੰ ਇੱਦਾਂ ਕਰ, ਸਾਨੂੰ ਸਾਰਾ ਕੁਛ ਆਪਣਾ ਜੋ ਵੀ ਤੇਰੇ ਡਾਕੂਮੈਂਟ ਵਗੈਰਾ ਹੈਗੇ ਆ ਸਾਨੂੰ ਸਕੈਨ ਕਰਕੇ ਸਾਨੂੰ ਭੇਜ ਦੇ, ਅਸੀਂ ਐਰਕਾ ਕੈਨੇਡਾ ਤੋਂ ਹੀ ਅਪਲਾਈ ਕਰਦੇ ਹਾਂ। ਮੈਂ ਕਿਹਾ ਚਲੋ ਠੀਕ ਆ ਜੀ। ਲੁਧਿਆਣੇ ਤੋਂ ਸਰ ਮੈਂ ਆਪਣਾ ਕਰਵਾਇਆ ਮੈਡੀਕਲ, ਜੋ ਵੀ ਸਾਰਾ ਕੁਛ ਮੇਰੇ ਕੋਲ ਰਸੀਦਾਂ ਪਈਆਂ ਸਨ, ਸਾਰਾ ਕੁਛ ਮੈਂ ਅਟੈਚ ਕਰ ਲਿਆਂਗੇ, ਠੀਕ ਹੈ ਨਾਲ ਆਪਾਂ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹਨਾਂ ਨੇ ਸਰ ਫਿਰ ਵੀ ਮੈਨੂੰ ਬਾਅਦ 'ਚ ਮੈਂ ਇਹਨੂੰ ਪੁੱਛਦਾ ਰਿਹਾ ਵੀ ਹਾਂ ਵੀ ਕਿੱਦਾਂ ਵੀ ਮੇਰਾ ਰਿਜ਼ਲਟ ਕਿੰਨਾ, 2-3 ਮਹੀਨੇ ਬਾਅਦ ਵੀ ਹਾਂਜੀ ਕਿੱਦਾਂ ਵੀ ਹਾਂ ਹੁਣ ਆ ਗਿਆ ਰਿਜ਼ਲਟ। ਇਹ ਮੈਨੂੰ ਫਿਰ ਵੀ ਫਿਰ ਲਾਰੇ ਲਾਉਂਦੀ ਰਹੀ, ਅਜੇ ਨਹੀਂ ਆਇਆ, ਅਜੇ ਨਹੀਂ ਆਇਆ, ਉਹ ਪੈਂਡਿੰਗ 'ਚ ਦੇ ਜਾਂਦੇ ਆ, ਪੈਂਡਿੰਗ 'ਚ ਦੇ ਜਾਂਦੇ ਆ। ਉਹ ਤੋਂ ਬਾਅਦ ਸਰ ਫਿਰ ਇਹਨੇ ਮੈਨੂੰ ਬਿਲਕੁਲ ਹੀ 4 ਸਵੇਰੇ ਬਲੌਕ ਕਰ, ਠੀਕ ਆ। ਹੁਣ ਸਰ ਹੁਣ ਕੀ ਹੋਇਆ ਵੀ ਸਰ ਚਾ ਇਹਨੇ ਸਾਰਾ ਹੀ ਬਲੌਕ ਕਰਤਾ ਮੈਨੂੰ। ਜਦੋਂ ਫਿਰ ਜਦੋਂ ਮੈਨੂੰ ਮੈਂ ਹੋਇਆ ਨਾ ਵੀ ਹਾਂ ਵੀ ਯਾਰ ਹੁਣ ਤਾਂ ਮੈਨੂੰ ਮਤਲਬ ਕਿ ਚਾ ਯਾਰ ਇਹ ਬਹੁਤ ਸਾਲ 6-6 ਮਹੀਨੇ ਨਹੀਂ ਫੋਨ ਕਰਦੀ, ਹੈ ਨਾ। ਫਿਰ ਯਾਰ ਮੇਰੇ ਵੀ ਸ਼ੱਕ ਪੈਦਾ ਹੋਇਆ, ਫਿਰ ਹੌਲੀ ਹੌਲੀ ਮੈਂ ਵੀ ਉੱਥੋਂ ਮੇਰੇ ਯਾਰ ਦੋਸਤ ਮਿੱਤਰ ਵੇ ਉੱਥੇ ਰਹਿੰਦੇ ਆ ਕੈਨੇਡਾ, ਮੈਂ ਉਹਨਾਂ ਨੂੰ ਫਿਰ ਕਿਹਾ ਵੀ ਮੈਂ ਕਿਹਾ ਯਾਰ ਇੱਦਾਂ ਇੱਦਾਂ ਕਰਕੇ ਉਹਨਾਂ, ਕਿਉਂਕਿ ਉਹਨਾਂ ਨੇ ਵੀ 1-2 ਵਾਰੀ ਇਹਦੀ ਮਦਦ ਕਰ ਕੀਤੀ ਸੀ, ਕਿਉਂਕਿ ਮੈਂ ਇਹਨੂੰ ਕਿਹਾ ਇਹਨੂੰ ਲੋੜ ਪਈ ਸੀ ਉੱਥੇ ਵੀ ਕਰੀਬ $500 ਦੀ। ਮੇਰਾ ਯਾਰ ਦੋਸਤ ਆ ਮਲਕੀਤ ਸ਼ਾਹਪੁਰ ਤੋਂ, ਆਉਦਨਵਾਲ ਮੇਰੇ ਲਾਗੇ ਹੀ ਆ ਸਾਡੇ ਪਿੰਡ ਜੀ, ਉਹ ਦੇ ਕੇ ਵੀ ਆਇਆ ਸੀ। ਤੇ ਮੈਂ ਫਿਰ ਹੌਲੀ ਹੌਲੀ ਇੱਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇੱਦਾਂ ਪਤਾ ਕਰੋ ਯਾਰ, ਉਹ ਕਹਿੰਦੇ ਉਹਨਾਂ ਨੇ ਪਤਾ ਜਦੋਂ ਕੀਤਾ ਉਹ ਕਹਿੰਦੇ ਵੀ ਯਾਰ ਤੂੰ ਤੇ ਕਿਹੜੇ ਚੱਕਰ 'ਚ ਤੁਰਿਆ ਫਿਰਦਾ, ਉਹਨੇ ਤਾਂ ਇੱਥੇ ਦੂਜੀ ਮੈਰਿਜ ਕੀਤੀ ਆ, ਦੂਜੀ ਮੈਰਿਜ ਹੋ ਕੇ ਉਹਦਾ ਇੱਕ ਬੱਚਾ ਵੀ ਆ। ਉਹ ਹੁਣ ਸਰ ਤੁਸੀਂ ਆਪ ਦੱਸੋ ਮੈਨੂੰ ਵੀ ਮੇਰੇ ਨਾਲ ਏਡਾ ਵੱਡਾ ਇਹ ਸਾਰੇ ਟੱਬਰ ਨੇ ਰਲ ਕੇ ਗੇਮ ਕੀਤੀ ਆ, ਹੁਣ ਮੈਨੂੰ ਕੋਈ ਇਨਸਾਫ਼ ਮਿਲੇ ਇਹਦਾ, ਠੀਕ ਆ ਜੀ। ਮੈਂ ਇਸੇ ਚੱਕਰ ਦੇ ਵਿੱਚ ਆਪਣੀ ਪੈਲੀ ਵੀ ਵੇਚ ਚੁੱਕਾ, ਠੀਕ ਆ। ਪਹਿਲਾਂ ਮੈਂ ਲਿਮਿਟ ਬਣਾ ਆਪਣਾ ਕਿ ਇਹਦੀ ਫੀਸ ਪੇ ਕਰਦਾ ਰਿਹਾ, ਮੁੜ ਕੇ ਮੈਂ ਉਹ ਲਿਮਿਟ ਮੇਰੀ ਏਡੀ ਵੱਡੀ ਸੀ 15 ਲੱਖ ਦੀ, ਉਹ ਤਰਦੀ ਨਹੀਂ ਸੀ, ਉਹ ਉਹਨੂੰ ਲਿਮਿਟ ਨੂੰ ਲਾਉਣ ਦੇ ਲਈ ਪੈਲੀ ਵੇਚੀ 2 ਕਿੱਲੇ। ਹੁਣ ਸਰ ਮੈਂ ਮਜਬੂਰ ਹਾਂ ਤੇ ਮੈਂ ਸਰ ਇਹੀ ਮੈਡਮ DSP ਨੂੰ ਵੀ ਬੇਨਤੀ ਕਰਾਂਗਾ ਵੀ ਸਰ ਪਲੀਜ਼ ਮੇਰੀ ਕਿਰਪਾ ਕਰਕੇ ਸਰ, ਕੀ ਮੈਂ ਇਮੋਸ਼ਨਲ ਹੋ ਗਿਆ ਸਰ ਵੀ ਮੇਰੀ ਮੇਰੀ ਗੱਲ ਹੋਈ ਨੂੰ 6-7 ਸਾਲ ਹੋ ਚੱਲੇ ਜੀ।
ਹਾਂਜੀ ਮੈਂ ਇਹਦੇ ਕੋਲ ਨੰਬਰ ਲਿਆ ਮੁੰਡੇ ਕੋਲ, ਮੈਂ ਆਖਿਆ ਵੀ ਮੈਨੂੰ ਨੰਬਰ ਦੇ, ਮੈਂ ਪੁੱਛ ਕੇ ਵੇਖਾਂ। ਮੈਂ ਆਖਿਆ ਰਾਜਮੀਤ ਵੀ ਤੂੰ ਕਿਉਂ ਨੀ ਕਰਦੀ, ਕਰ ਤੇ ਸਹੀ ਇਹਦਾ ਕੁਛ ਨਾ ਕੁਛ ਹੁਣ। ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨੀ ਤੁਹਾਡੇ ਨਾਲ ਹੈਗਾ, ਤੇ ਨਾ ਕੋਈ ਮੇਰੇ ਨਾਲ ਮੁੜ ਕੇ ਗੱਲ ਕਰਿਓ, ਨਾ ਮੈਂ ਤੁਹਾਡੇ ਨਾਲ ਕਰਨੀ। ਬਸ ਮੇਰੇ ਨਾਲ ਆਹ ਗੱਲਾਂ ਕੀਤੀਆਂ, ਮੈਂ ਮੁੜ ਕੇ ਕੋਈ ਗੱਲਬਾਤ ਨੀ ਕੀਤੀ, ਨਾ ਮੈਂ ਮੁੜ ਕੇ ਇਹਨੂੰ ਫੋਨ ਕੀਤਾ। ਮੈਂ ਕਿਹਾ ਹਰਮਨ ਇੱਦਾਂ ਕਹਿੰਦੀ ਹੈ ਮੈਨੂੰ, ਕਹਿੰਦਾ ਕੋਈ ਨੀ ਮੰਮੀ। ਮੈਂ ਕਿਸੇ ਵੀ ਰਿਸ਼ਤੇਦਾਰ ਕੋਲ ਨਾ ਕਦੀ ਗਈ ਤੇ ਨਾ ਮੈਂ ਕਿਸੇ ਨਾਲ ਗੱਲ ਕੀਤੀ, ਆਦਮੀ ਮੇਰਾ ਸਿਰ ਤੇ ਨਹੀਂ, ਮੈਂ ਕਿਤੇ ਗਈ ਨਹੀਂ। ਅਸੀਂ ਇਨਸਾਫ ਹੀ ਮੰਗਦੇ ਹਾਂ ਜੀ, ਜੋ ਸਾਡਾ ਲੱਗਾ ਲਾਣਾ ਸਾਨੂੰ ਸਾਡਾ ਦੇ ਦੇ, ਜੋ ਮੁੰਡੇ ਦੀ ਜ਼ਿੰਦਗੀ ਦਾ ਬਰਬਾਦ ਕੀਤੀ ਉਹਦਾ ਹਰਜਾਨਾ ਭਰ ਦੇਵੇ ਸਾਨੂੰ। ਸਾਨੂੰ 14 ਸਾਲ ਹੋ ਗਏ ਵੇਟ ਕਰਦਿਆਂ ਨੂੰ, ਸਾਡਾ ਵੀ ਕੋਈ ਸੋਚ ਲਵੇ, ਅਸੀਂ ਤੇ ਇਹੋ ਚਾਹੁੰਦੇ ਹਾਂ।